ਅੱਜ ਜੋ ਹੈ ਸ਼ਹੀਦ ਭਗਤ ਸਿੰਘ ਸਰਦਾਰ ਸ਼ਹੀਦਾਂ ਦੇ ਸਰਤਾਜ ਸਰਦਾਰ ਭਗਤ ਸਿੰਘ ਜੀ ਦਾ ਜੋ ਸ਼ਹੀਦ ਜੋ ਜਨਮ ਦਿਹਾੜਾ ਹੈ ਉਸ ਨੂੰ ਮਨਾਉਣ ਲਈ ਜੋ ਇੱਥੇ ਬਲੱਡ ਡੋਨੇਸ਼ਨ ਕੈਂਪ ਦਾ ਜੋ ਆਯੋਜਨ ਕੀਤਾ ਗਿਆ MLA ਸਾਹਿਬ ਵੱਲੋਂ ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਸਾਰੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਆ ਕੇ ਖੂਨਦਾਨ ਕਰਨ ਅਤੇ ਅੱਗੇ ਜੋ ਡੇਂਗੂ ਦਾ ਸੀਜ਼ਨ ਆ ਰਿਹਾ ਹੈ ਉਹਦੇ ਵਿੱਚ ਵੀ ਸਾਨੂੰ ਪਲੇਟਲੈਟਸ ਦੀ ਬਹੁਤ ਲੋੜ ਪਵੇਗੀ। ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਸਾਨੂੰ ਪਲੇਟਲੈਟਸ ਦੀ ਲੋੜ ਪਵੇ ਆਪਣੇ ਆਂਢ ਗੁਆਂਢ ਦੇ ਵਿੱਚ ਕੋਈ ਆਪਣੇ ਭੈਣ ਭਰਾ ਨੂੰ ਉੱਥੇ ਵੱਧ ਤੋਂ ਵੱਧ ਪਲੇਟਲੈਟਸ ਦੇ ਕੇ ਜਾਨ ਬਚਾਉਣ। ਇਹੀ ਅੱਜ ਦੇ ਜੋ ਜਨਮ ਦਿਹਾੜਾ ਇਹਨੂੰ ਸਮਰਪਿਤ ਹੈ ਅਤੇ ਸ਼ਹੀਦ ਭਗਤ ਸਿੰਘ ਜੀ ਨੂੰ ਇਹੀ ਸਾਡੀ ਸ਼ਰਧਾਂਜਲੀ ਹੋਵੇਗੀ ਜੇ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ। ਸਾਨੂੰ ਲੱਗਦਾ ਵੀ ਕਿਤੇ ਪੰਜਾਬੀ ਭਗਤ ਸਿੰਘ ਨੂੰ ਜਾਣਦੇ ਆ। ਭਗਤ ਸਿੰਘ ਨੂੰ ਦੁਨੀਆ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਿਆ ਜਾਂਦਾ। ਉਹ ਲੋਕ ਸਾਡੇ ਇਸ ਸੁਪਰ ਹੀਰੋ ਤੋਂ ਸੇਧ ਲੈ ਕੇ ਆਪਣੇ ਜਿਹੜਾ ਉਹ ਜਿਹੜੇ ਉਹਨਾਂ ਦੇ ਹੱਕ ਆ ਉਹਨਾਂ ਦੇ ਲਈ ਉਹ ਲੜਾਈਆਂ ਲੜਦੇ। ਸੋ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਕੁਰਬਾਨੀ ਹੈ। ਸਾਡੇ ਨੌਜਵਾਨਾਂ ਨੇ ਕਿਉਂਕਿ ਹਰ ਸਾਲ ਅਸੀਂ ਯਾਦ ਕਰਦੇ ਉਹਨਾਂ ਨੂੰ, ਇਹ ਬਹਾਨੇ ਹੁੰਦੇ ਆ ਯਾਦ ਕਰਨ ਦੇ, ਚਾਹੇ ਖੂਨਦਾਨ ਦੇ ਰੂਪ ਦੇ ਵਿੱਚ ਹੋਵੇ, ਚਾਹੇ ਕੋਈ ਟੂਰਨਾਮੈਂਟ ਦੇ ਰੂਪ ਦੇ ਵਿੱਚ ਕੁਛ ਵੀ ਹੈ। ਪਰ ਹੁਣ ਜਿਹੜਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਡੇਂਗੂ ਦੀ ਬਿਮਾਰੀ ਫੈਲ ਰਹੀ ਹੈ, ਉਹਨੂੰ ਲੈ ਕੇ ਅਸੀਂ ਲਗਾਤਾਰ ਨੌਜਵਾਨਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਔਰ ਇਹ ਕੋਸ਼ਿਸ਼ ਕਰ ਰਹੇ ਕਿ ਉਹਨਾਂ ਮਰੀਜ਼ਾਂ ਵਾਸਤੇ ਖੂਨ ਦਾ ਪ੍ਰਬੰਧ ਕਰ ਸਕੀਏ। ਸੋ ਸ਼ਹੀਦੀ ਆਜਮ ਸਰਦਾਰ ਭਗਤ ਸਿੰਘ ਦੀ ਇਸ ਲਸਾਨੀ ਕੁਰਬਾਨੀ ਦੇ ਉੱਤੇ, ਉਹਨਾਂ ਦੇ ਜਨਮ ਦਿਨ ਦੇ ਉੱਤੇ ਜਿਹੜੇ ਸਾਡੇ ਨੌਜਵਾਨ ਖੂਨਦਾਨ ਕਰ ਰਹੇ ਆ, ਮੈਂ ਸਮਝਦਾ ਬਹੁਤ ਵੱਡੀ ਗੱਲ ਹੈ। ਕੋ ਸਰਕਾਰਾਂ ਕਿਸੇ ਨੂੰ ਕੀ ਕਹਿੰਦੀਆਂ, ਪਰ ਜਿਹਨੂੰ ਲੋਕ ਦਿਲਾਂ 'ਚ ਵਸਾਉਂਦੇ ਆ ਅਸਲ ਦੇ ਵਿੱਚ ਹੀਰੋ ਉਹ ਹੁੰਦੇ ਆ। ਬਹੁਤੇ ਬਹੁਤੇ ਵੱਡੇ ਬੰਦਿਆਂ ਨੂੰ ਬੜੇ ਬੜੇ ਵੱਡੇ ਅਵਾਰਡ ਦੇ ਦਿੰਦੀਆਂ ਸਰਕਾਰਾਂ। ਸੋ ਜਿਹੜਾ ਅਵਾਰਡ ਲੋਕ ਦੇਣ, ਜਿਹਨੂੰ ਲੋਕ ਸਨਮਾਨ ਦੇਣ, ਸੋ ਇਹ ਵੀ ਉਪਰਾਲਾ ਕਰਾਂਗੇ। ਸਾਡੀ ਪਾਰਟੀ ਵੱਲੋਂ ਲਗਾਤਾਰ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦੇ ਉਠਾਏ ਗਏ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ MP ਹੁੰਦਿਆਂ ਉਦੋਂ ਵੀ ਇਹਨਾਂ ਨੇ ਪਾਰਲੀਮੈਂਟ 'ਚ ਮੁੱਦੇ ਚੁੱਕੇ ਆ। ਸੋ ਇਸ ਵਾਸਤੇ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਇਹਨਾਂ ਯੋਧਿਆਂ ਦੀ ਜਿਹੜੀ ਕੁਰਬਾਨੀ ਹੈ ਇਹ ਲੋਕਾਂ ਤੱਕ ਪਹੁੰਚਾਈਏ। ਪਾਰਲੀਮੈਂਟ 'ਚ ਬਹਿਸਾਂ ਹੋਣ, ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਗੱਲ ਹੋਵੇ ਅਤੇ ਸਾਡੇ ਨੌਜਵਾਨ ਉਹ ਤੋਂ ਸਿਹਤ ਲੈ ਕੇ ਅੱਗੇ ਵੱਧ ਸਕਣ। ਸੋ ਇਹ ਸਾਡੇ ਜਿਹੜਾ ਉਪਰਾਲਾ।